ये तो बड़ी देर लाई। कहने लगे भगवान कृष्ण भगवान कहते देर मैं नहीं लाई तू लाई। तू पहले ही जे मैनू याद कर दी मैं आ जांदा। तू याद ही अखीर ते करया जद सारे पासों देख लिया नीवियां पै गई पांडव तां पहले ही तेनू दाते ला के हार गए। वड्डे वड्डे द्रोणाचार्य कृपाचार्य नीवियां पा गए। उस समय ते मैनू बुलाया हा हा कृष्ण करे बिल लांदी रोंदी कर लाउंदी बिल लांदी। फिर कहिंदे तू मैनू बुलाया नाथ अनाथा बाण तुरांदी। तो इस तरह के नाल ये राखी की पुरातन कथा चली आउंदी है। रखड़ी दूजे पासे बाल राजा करे अपने बैठा अंदर बैठा जग करावे। इन्ने जग कीते उन्हें बाल राजा बड़ा बड़ा दाता सी दाना सी। तीन लोग फतेह कर ले ते इंद्रपुरी नूं हुण फिक्र पै गया। भगवान विष्णु आउंदा है बावन रूप बनाए के। वह हुण आउंदा इस तरह 52 उंगल दा बन के बाहर बैठा सी घर तों दे उत्थे। फिर चारे वेदां नूं सुना रहा सी चार वेद मुख पाठ सुनावे। ते इहने फिर अंदर राजे सद्या मंग स्वामी जो तुद भावे। उन्हें कहा कि जो मंगेगा मैं तेनू देवांगा। कहिंदे वादा है? कहिंदे हाँ। फिर इसने मंग लिया कि असी तां फकीर हाँ 2.5 गज धरती ते असी अपनी कुटिया बना के रह जावांगे तेरे इस दर ते। ते फिर हुण सुख प्रहलोत जिहड़ा प्रहलाद उह समझाउंदा है शुकर गुरु सीना दा। कहना कि यह अछल छलन तो दे आया। हुण उह समझाउंदा है कि यह छलिया आया है तेनू अछल जिहड़ा है ना छलिया जाण वाला किते वेखी ना तू इस दे छलिया जाई। हुण सुख प्रहलोत दी जिहड़ी प्रहोत दी बात सी बल राजा कहना कहना यह तो वधिया होर किहड़ी गल होनी है जे भगवान आप आया है दे दिता वचन। ते हुण दो कर्मां च तिन्ने लोग माप ले। अद्धा हले कदम रहिंदा सी कहिंदा चल हुण मगर पिठ ते रख लिया ते पताल विच पहुँचा दिता। हुण जदों जाण लग्या भगवान कहिंदा हुण कित्थे जांदा ते वादा करिया सी कि मैं तेरे दर ते रहांगा। कहिंदे हुण तू वचन बन दा बन्या होया राखी दा जिवें तागा बन्नदा है रक्षा बंधन दे विच कि हुण तू किधर जांदा है कि इस तरह प्यार दे वास। फिर ओ होए दरवान महा सुख पावे। इस तरह दे नाल खड़ा है प्यार दे विच उस दे दर ते खड़ा है द्वारे हर जीवन ने प्रेम ना रे हर जीवन ने प्रेम ना हर जीवने है द्वारे हर जीवने प्रेम ना बल के द्वार खड़े। प्यार है प्यार विच परमेश्वर नूं
ਕਿਵੇਂ ਬੰਨ ਲੈਂਦੇ ਹਨ ਭਗਤ, ਹੁਣ ਬੰਨ ਲਿਆ ਪਿਆਰ 'ਚ, ਫਿਰ ਜਦੋਂ ਇਹ ਦਿਨ ਆਇਆ, ਹੁਣ ਲਕਸ਼ਮੀ ਵਿਸ਼ਨੂੰ ਭਗਵਾਨ ਦੀ ਪਤਨੀ, ਹੁਣ ਉਸ ਸਮੇਂ ਫਿਰ ਬਲਰਾਜੇ ਦੇ ਇਹ ਰੱਖੜੀ ਬੰਨ ਕੇ ਉਹ ਜੋ ਫਿਰ ਉਹਦੇ ਗਿਫਟ 'ਚ ਜਿਹੜੀ ਦੇਣੀ ਸੀ ਭੈਣ ਨੂੰ, ਫਿਰ ਇਹਨੂੰ ਵਾਪਸ ਭਗਵਾਨ ਨੂੰ ਲਿਆ। ਕਿੰਨਾ ਇਹ ਕਿੱਡੀ ਇਸ ਦੇ ਵਿੱਚ ਤਾਕਤ ਹੈ, ਰਾਖੀ ਬੰਧਨ ਅਤੇ ਪਿਆਰ 'ਚ। ਕਿਉਂਕਿ ਕਬੀਰ ਸਾਹਿਬ ਜੀ ਨੇ ਬੜੀਆਂ ਪਿਆਰ ਦੀਆਂ, ਭਗਤ ਧੰਨਾ ਜੀ ਦੀਆਂ ਕਿੰਨੀਆਂ ਪਿਆਰ ਦੀਆਂ ਇਹ ਸਾਖੀ ਪ੍ਰਮਾਣ ਹਨ। ਭਗਤ ਕੀ ਕਰਦੇ ਨੇ, ਦਿਮਾਗ ਤੋਂ ਵਰਤੋਂ ਨਹੀਂ ਕਰਦੇ, ਦਿਮਾਗ ਤਾਂ ਤਰਕ ਲਿਆਊਗਾ ਕਿ ਕਿਵੇਂ ਹੋਊ, ਕਿਵੇਂ ਹੋਇਆ ਉਹ, ਪਰ ਜਿਹੜਾ ਦਿਲ ਹੈ, ਦਿਲ ਦੇ ਵਿੱਚ ਸ਼ਰਧਾ ਹੈ, ਪਿਆਰ ਹੈ, ਪਿਆਰ ਨੂੰ ਹੀ ਫਲ ਲੱਗਦਾ। ਜਿਨ ਪ੍ਰੇਮ ਕਿਉ ਤਿੰਨ ਹੀ ਪ੍ਰਭ ਪਾਇਓ, ਗੋਡ ਇਜ਼ ਲਵ, ਲਵ ਇਜ਼ ਗੋਡ, ਜੋ ਕਿ ਇਹ ਚੱਲਿਆ ਆਉਂਦਾ ਹੈ। ਪਰਮ ਪੂਜਾ ਸਤਿਕਾਰਯੋਗ ਬੀ ਜੀ ਮਹਾਂਪੁਰਸ਼ ਉਹ ਪਿਆਰੀ ਵੰਡ ਦੇ ਸਾਰੇ ਸੰਸਾਰ ਦੇ ਵਿੱਚ ਅੱਜ ਵੀ ਕਿਤੇ ਗਏ ਨਹੀਂ, ਉਹਨਾਂ ਦੇ ਪਿਆਰਿਆਂ ਦੇ ਰਾਹੀਂ ਪਿਆਰ ਦੀ ਵਰਖਾ ਹੋ ਰਹੀ ਹੈ। ਇੱਥੇ ਅੱਜ ਬਾਬਾ ਜਸਵਿੰਦਰ ਸਿੰਘ ਜੀ ਆਏ, 12 ਸਾਲ ਉਹਨਾਂ ਦੀ ਸੇਵਾ 'ਚ ਰਹੇ, ਪਿਆਰ ਦੀਆਂ ਬਾਤਾਂ ਕਰਦੇ ਨੇ। ਪਿਆਰ 'ਚ ਮਹਾਂਪੁਰਸ਼, ਕਿਉਂਕਿ ਪ੍ਰੇਮ 'ਚ ਨੇਮ ਨਹੀਂ, ਉਹ ਸਾਧੂ ਪਿਆਰ 'ਚ ਹੀ ਬੰਨੇ ਜਾਂਦੇ ਹਨ। ਫਿਰ ਦੁਨੀਆ ਤਾਂ ਦਾ ਦਸਤੂਰ ਦੇਖੋ, ਇਹ ਤਾਂ ਬਿਪਤ ਪਰੀ ਸਭ ਹੀ ਸੰਗ ਛਾੜਤ, ਹੁਣ ਉਹ ਸਾਥ ਛੱਡ ਦਿੰਦੇ ਨੇ, ਉਹ ਸਾਥ ਨਿਭਦਾ ਨਹੀਂ। ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ, ਸਭ ਤੋਂ ਨੇੜੇ ਦਾ ਜੀਵਨ ਸਾਥੀ ਕੌਣ ਹੈ, ਉਹ ਆ ਜਿਹੜੇ ਸੱਤ ਫੇਰੇ ਸੱਤ ਜਨਮਾਂ ਦੇ ਹੁੰਦੇ ਨੇ। ਆਪਾਂ ਆਨੰਦ ਕਾਰਜ ਚਾਰ ਲਾਵਾਂ, ਚਾਰ ਫੇਰੇ ਗੁਰੂ ਗ੍ਰੰਥ ਸਾਹਿਬ ਦੇ ਕਰਦੇ ਹਾਂ, ਪ੍ਰਕਰਮਾਂ, ਇਹ ਇੱਕ ਆਪਾਂ ਬੰਧਨ 'ਚ ਬੰਨੇ ਜਾਂਦੇ ਹਾਂ। ਅਤੇ ਇਹ ਉਹ ਵੀ ਨਹੀਂ ਰਹਿੰਦਾ ਜਦੋਂ ਬਿਪਤਾ ਪੈਂਦੀ ਹੈ। ਘਰ ਕੀ ਨਾਰ ਬਹੁਤ ਹਿੱਤ ਜਾਣ ਸੀ, ਸਦਾ ਰਹਿਤ ਸੰਗ ਲਾਗੀ, ਜਬ ਇਹ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਇਹ ਵਿਧ ਕਿਉਂ ਵਿਵਹਾਰ ਬਣਿਓ ਹੈ, ਜਾਣ ਸਿਉ ਨੇਹ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮ ਨਾ ਆਇਓ। ਉੱਥੇ ਕੌਣ ਕੰਮ ਆਉਂਦਾ ਹੈ। ਹੁਣ ਦ੍ਰੋਪਦੀ ਨੂੰ ਇਹ ਜਿਹੜੇ ਆਏ ਪੰਜ ਪਤੀ, ਪੰਜੇ ਪਾਂਡੋ ਵੇਖਦੇ ਔਗਡ ਰੁੱਦੀ ਨਾਰ ਜਿਨ੍ਹਾਂ ਦੀ, ਉਹ ਤਾਂ ਬੇਬਸ ਹੋ ਗਏ ਐਸੀ ਦੁਰਦਸ਼ਾ ਦੇਖ ਕੇ। ਇਹ ਉਸ ਸਮੇਂ ਉਹ ਸਾਧੂ ਦਾ ਆਸ਼ੀਰਵਾਦ, ਉਹ ਭਗਵਾਨ ਆਪ ਉਹਨੂੰ ਆਉਣਾ ਪਿਆ। ਇਸੇ ਤਰ੍ਹਾਂ ਇਹ ਮਹਾਂਪੁਰਖ ਆਪਾਂ ਉਹਨਾਂ ਦੇ ਪਿਆਰ 'ਚ ਜੀਵਨ ਬਸਰ ਕਰਦੇ ਹਾਂ, ਉਹਨਾਂ ਦਾ ਸਾਥ ਇੱਥੇ ਦਾ ਨਹੀਂ ਅੱਗੇ ਦਾ ਵੀ ਹੁੰਦਾ ਹੈ। ਕਿਉਂਕਿ ਪਿਆਰ ਇੱਕ ਐਸੀ ਖੇਡ ਹੈ, ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਇਹ ਸਾਰੇ ਪਾਸੇ ਪਿਆਰ ਹੀ ਪਿਆਰ ਦਾ ਪ੍ਰਗਟਾਵਾ ਹੁੰਦਾ। ਗੋਡ ਇਜ਼ ਲਵ, ਲਵ ਇਜ਼ ਗੋਡ, ਪਿਆਰ ਦਾ ਬਦਲਿਆ ਰੂਪ ਮੋਹ ਹੈ। ਉਹ ਤਾਂ ਜਿਹੜਾ ਕਟੰਬ ਗ੍ਰਸਤ ਹੈ, ਸਭ ਮੋਹ ਦਾ ਫਸਣ ਦਾ ਢੰਗ ਹੈ। ਫਸਣ ਕੀ ਵਿਧ ਸਭ ਕੋ ਜਾਣੇ, ਛੂਟਣ ਕੀ ਇੱਕ ਕੋਏ। ਅਤੇ ਇਹ ਪਿਆਰ ਦੀਆਂ ਡੋਰਾਂ ਇਹ ਐਸੀਆਂ ਹੁੰਦੀਆਂ ਨੇ, ਐਵੇਂ ਕੋਈ ਤਾਗਾ ਜਾਂ ਨਹੀਂ, ਇਹ ਪਿਆਰ ਦਾ ਐਸਾ ਹੈ ਕਿ ਇਹਦੇ ਵਿੱਚ ਪਰਮੇਸ਼ਰ ਵੀ ਪੰਨਿਆ ਜਾਂਦਾ ਹੈ। ਰੱਬ ਵਸ ਭਗਤਾਂ ਨੇ ਕੀਤਾ ਪਾਕੇ ਤੇ ਪ੍ਰੇਮ ਡੋਰੀ, ਤਾਂ ਨੇ ਕੀਤਾ ਪਾਕੇ ਤੇ ਪ੍ਰੇਮ ਡੋਰੀਆਂ, ਆਹ
ਕਹਿੰਦੇ ਪ੍ਰੇਮ ਡੋਰੀਆਂ ਗੁਰਦਾਨ ਕੀਤਾ ਪਾ ਕਹਿੰਦੇ ਪ੍ਰੇਮ ਡੋਰੀਆਂ ਪ੍ਰੇਮ ਡੋਰੀਆਂ ਹੇ ਪਾ ਕੇ ਤੇ ਪ੍ਰੇਮ ਡੋਰੀਆਂ ਪ੍ਰੇਮ ਡੋਰੀਆਂ ਕੀਤਾ ਪਾ ਕੇ ਤੇ ਪ੍ਰੇਮ ਡੋਰੀਆਂ ਭਗਤਾਂ ਕੇ ਵਸ ਭਗਤਾਂ ਤਾਣ ਤੇਰਾ ਭਗਤ ਕੀ ਕਰਦੇ ਨੇ ਪ੍ਰੇਮ ਚ ਪ੍ਰੇਮਾ ਭਗਤੀ ਗਿਆਨ ਤਾਂ ਖੁਸ਼ਕ ਹੈ ਗਿਆਨ ਨੂੰ ਮਾਇਆ ਮੋਹ ਲੈਂਦੀ ਹੈ ਪਰ ਜਿਹੜੀ ਪ੍ਰੇਮਾ ਭਗਤੀ ਹੈ ਇਹਨੂੰ ਨਹੀਂ ਮਾਇਆ ਮੋਹਦੀ ਕਿਉਂਕਿ ਮਾਇਆ ਵੀ ਇਸਤਰੀ ਲਿੰਗ ਹੋਣ ਕਰਕੇ ਇਸਤਰੀ ਨੂੰ ਇਸਤਰੀ ਮੋਹਦੀ ਨਹੀਂ ਇਸ ਕਰਕੇ ਜਿਹੜਾ ਭਗਤੀ ਪ੍ਰੇਮਾ ਭਗਤੀ ਸਹਿਤ ਗਿਆਨ ਹੈ ਉਹ ਕਦੇ ਵੀ ਸਥਿਲ ਨਹੀਂ ਹੁੰਦਾ ਉਹ ਨਿਭਦਾਉਂਦਾ ਹੈ ਰਸੀਏ ਪੁਰਸ਼ ਪਿਆਰ 'ਚ ਹੀ ਜੀਵਨ ਬਤੀਤ ਕਰਦੇ ਹਨ ਪ੍ਰੇਮ 'ਚ ਪ੍ਰੇਮ ਕਦੇ ਵੀ ਇਹ ਨਹੀਂ ਕਿ ਪੜ੍ਹ ਕੇ ਆਊਗਾ ਜਾਂ ਹੋਰ ਕੋਈ ਕਰਮ ਕਰਕੇ ਆਓ ਇਹ ਤਾਂ ਜਦੋਂ ਅਸੀਂ ਸ਼ਰਧਾ 'ਚ ਆਵਾਂਗੇ ਹੁਣ ਤੁਸੀਂ ਇਸ ਸਥਾਨ 'ਤੇ ਕਿੱਡੀ ਕਿੱਡੀ ਦੂਰ ਤੋਂ ਪਹੁੰਚਦੇ ਹਨ ਸ਼ਰਧਾ ਹੈ ਪ੍ਰੇਮ ਹੈ ਜੇ ਸ਼ੰਕਾ ਹੋਵੇ ਸ਼ਰਧਾ ਬਣਦੀ ਹੀ ਨਹੀਂ ਸ਼ਰਧਾ ਬਣਾਉਣ ਵਾਸਤੇ ਮਹਾਂਪੁਰਸ਼ ਦਾ ਦ੍ਰਿਸ਼ਟਾਂਤ ਸਾਖੀ ਪ੍ਰਮਾਣ ਕਿੰਨੇ ਇਹ ਵਿਰਤਾਂਤ ਹਨ ਦ੍ਰਿਸ਼ਟਾਂਤ ਹਨ ਜਿਨ੍ਹਾਂ ਤੋਂ ਸਾਡੀ ਸ਼ਰਧਾ ਬਣਦੀ ਅਸੀਂ ਪਿਆਰ 'ਚ ਆਉਂਦੇ ਹਾਂ ਹੁਣ ਇੱਕ ਵੇਦ ਪੜ੍ਹ ਗਿਆ ਵੇਦੀ ਦੋ ਪੜ੍ਹ ਗਿਆ ਵੇਦੀ ਤਿੰਨ ਪੜ੍ਹ ਗਿਆ ਤ੍ਰਿਵੇਦੀ ਚਾਰ ਪੜ੍ਹ ਗਿਆ ਚਤੁਰਵੇਦੀ
ਚਤਰਾਈ ਨਾ ਚਤਰ ਪੁਜ ਪਾਇਆ। ਚਤਰ ਨੂੰ ਤਾਂ ਮਿਲਿਆ ਹੀ ਨਹੀਂ, ਉਹ ਤਾਂ ਚਤਰਾਈਆਂ ਕਰਦਾ ਰਹਿ ਜਾਂਦਾ ਹੈ। ਭਗਤ ਧੰਨੇ ਵਰਗੇ ਭੋਲੇ ਭਾਏ ਮਿਲੇ ਰਘੁਰਾਇਆ, ਉਹਨਾਂ ਨੂੰ ਮਿਲ ਜਾਂਦਾ ਹੈ। ਅਤੇ ਭਗਤ ਪ੍ਰੇਮ ਕਰਦੇ ਨੇ, ਪਿਆਰ ਦੀ ਡੋਰ ਨਾਲ ਪਰਮੇਸ਼ਰ ਨੂੰ ਬੰਨ ਲੈਂਦੇ ਹਨ। ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ ਪੜ੍ਹਦਾ ਚਲਾ ਗਿਆ, ਪਰ ਜੇ ਢਾਈ ਅੱਖਰ ਪ੍ਰੇਮ ਕੇ ਨਾ ਪੜ੍ਹੇ ਤਾਂ ਰਿਹਾ ਢੇਡ ਕਾ ਢੇਡ। ਕਿੰਨੇ ਕੁ ਅੱਖਰ ਨੇ ਪ੍ਰੇਮ ਦੇ? ਢਾਈ ਅੱਖਰ ਨੇ। ਪੱਪਾ ਅਤੇ ਮੰਮਾ ਪੈਰ ਚਰਾਰਾ ਏ, ਲਾਮਾ ਏ। ਇਹ ਐਸਾ ਪ੍ਰੇਮ ਪਿਆਰ ਹੈ, ਇਹ ਪਿਆਰ ਦਾ ਹੀ ਇਹ ਤਿਉਹਾਰ ਹੈ। ਇਸ ਤਿਉਹਾਰ 'ਤੇ ਸਾਰੇ ਗਿੱਲੇ ਸ਼ਿਕਵੇ ਭੁੱਲ ਜਾਂਦੇ ਹਨ। ਪਿਆਰ ਦੇ ਵਿੱਚ, ਕਿਉਂਕਿ ਜਦੋਂ ਲੜਾਈ ਹੁੰਦੀ ਹੈ ਕਿਸੇ ਦੀ ਤਾਂ ਤਾਨੇ ਮਿਹਣੇ ਮਿਲਦੇ ਨੇ। ਜਦੋਂ ਵਿਆਹ ਹੁੰਦਾ ਹੈ ਸੁਹਾਗ ਸਿੱਠਣੀਆਂ ਗਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਦੇ ਨਾਲ ਜਦੋਂ ਐਸਾ ਕੋਈ ਤਿਉਹਾਰ ਆਉਂਦਾ ਹੈ ਸਾਰੇ ਗਿੱਲੇ ਸ਼ਿਕਵੇ ਸਾਰੀਆਂ ਲੜਾਈਆਂ ਮੁੱਕ ਜਾਂਦੀਆਂ ਨੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜਿਹੜੀਆਂ ਇਹ ਪੁਰਾਤਨ ਚੱਲੀਆਂ ਆਉਂਦੀਆਂ ਹਨ ਪਿਆਰ ਦੀਆਂ, ਇਹ ਸਾਖੀ ਪ੍ਰਮਾਣ ਸਾਨੂੰ ਸ਼ਰਧਾ ਵਿੱਚ ਲਿਆਉਂਦੇ ਨੇ। ਹੁਣ ਭਾਈ ਗੁਰਦਾਸ ਜੀ ਨੇ ਇਹ ਦੋ ਮਿਸਾਲਾਂ ਦਿੱਤੀਆਂ ਆਪਣੀਆਂ ਵਾਰਾਂ ਦੇ ਵਿੱਚ, ਬਲ ਰਾਜੇ ਦੀ ਅਤੇ ਦਰੋਪਦੀ ਦੀ, ਕਿ ਇਹਨਾਂ ਦਾ ਸੰਬੰਧ ਇਸ ਰੱਖੜੀ ਦੇ ਨਾਲ ਹੈ। ਹੁਣ ਆਓ, ਜੋ ਇਹ ਪਿਆਰ ਹੈ, ਆਪਾਂ ਸਾਰੇ ਪਿਆਰ ਦੇ ਵਿੱਚ ਆਏ ਹਾਂ ਇਹ ਗੁਰੂ ਦਰਬਾਰ, ਇਹ ਪ੍ਰੇਮ ਦੇ ਵਿੱਚ ਹੁਣ ਆਉਣਾ ਇਸ ਦਰ 'ਤੇ, ਕਿਉਂਕਿ ਪ੍ਰੀਤ ਜਿਹੜੀ ਹੈ ਇਹ ਉਸ ਤਰ੍ਹਾਂ ਦੀ ਹੈ ਕਿ ਜਦੋਂ ਪਿਆਰ 'ਚ ਅਸੀਂ ਇੱਕ ਕਦਮ ਵੀ ਇਸ ਪਾਸੇ ਵੱਲ ਨੂੰ ਚੱਲਦੇ ਹਾਂ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਗੁਰੂ ਅੱਗੋਂ ਕਿੰਨੇ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਇਹ ਹੈ ਸ਼ਰਧਾ, ਸ਼ਰਧਾ ਦੀ ਝੋਲੀ ਬਣਾ ਕੇ ਆਓ। ਕਿੰਨਾ ਹੀ ਦੁੱਖ ਪਰ ਹਰ ਸੁੱਖ ਕਰ ਲੈ ਜਾ, ਉਹ ਜਿਹੜਾ ਦੁੱਖ ਪਰੇ ਹੋ ਜਾਂਦਾ ਸੁੱਖ ਝੋਲੀ 'ਚ ਪੈ ਜਾਂਦਾ ਹੈ। ਸੋ ਅੱਜ ਦੇ ਇਸ ਦਿਨ 'ਤੇ ਬਾਬਾ ਬਕਾਲਾ, ਜਿੱਥੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਹੁਣ ਭੋਰੇ 'ਚ ਬੈਠੇ ਨੇ, 26 ਸਾਲ 9 ਮਹੀਨੇ 13 ਦਿਨ ਇੰਨਾ ਸਮਾਂ ਲੰਘ ਗਿਆ, ਕਿਉਂਕਿ ਇਸ ਇਲਾਕੇ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇੱਥੇ ਮੋੜੀ ਗੱਡੀ ਭਾਂਤਪੁਰ, ਇੱਥੇ ਕੋਹੜੀ ਵੀ ਠੀਕ ਹੁੰਦੇ ਹਨ ਅਤੇ ਇੱਥੇ ਹੁਣ ਗੁਰੂ ਜਦੋਂ ਅੱਗੇ ਗੁਰਤਾ ਗੱਦੀ ਬਾਬਾ ਗੁਰਦਿੱਤਾ ਜੀ ਤਾਂ ਇੱਥੇ ਗਊ, ਉਹਨਾਂ ਤੋਂ ਉਹਨਾਂ ਦੇ ਇੱਕ ਸੂਰਮੇ ਤੋਂ ਗੋਲੀ ਵੱਜੀ, ਗਊ ਮਰ ਗਈ, ਗਊ ਬਾਬਾ ਜੀ ਨੇ ਜਿਉਂਦੀ ਕਰ ਦਿੱਤੀ। ਇਸ ਦੇ ਇਵਜ਼ ਵਿੱਚ ਉਹਨਾਂ ਨੇ ਉੱਥੇ ਇਹ ਜਿੱਥੇ ਆ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਬੁੱਢਣ ਸ਼ਾਹ ਦਾ, ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਸਰੀਰ ਛੱਡਿਆ। ਇੱਥੋਂ ਇੱਕ ਨਿੰਮ ਤੋਂ ਉਹਨਾਂ ਨੇ ਛਟੀ ਤੋੜੀ ਸੀ, ਉਹ ਛਟੀ ਗਊ ਨੂੰ ਲਾਈ, ਮੰਤਰ ਪੜ੍ਹਿਆ, ਜਲ ਛਿੜਕਿਆ, ਠੀਕ ਹੋ ਗਈ, ਜਿਉਂਦੀ ਹੋ ਗਈ। ਅਤੇ ਉੱਥੇ ਫਿਰ ਜਦੋਂ ਨਾਰਾਜ਼ਗੀ ਹੋਈ, ਫਿਰ ਗੁਰੂ ਪਾਤਸ਼ਾਹ ਜੀ ਨੇ ਇਹ ਜਿਹੜੀ ਨਾਰਾਜ਼ਗੀ ਜ਼ਾਹਰ ਕੀਤੀ ਤਾਂ ਉਹ ਸਹੀ ਨਾ ਗਈ। ਇਸ ਬਾਬਾ ਗੁਰਦਿੱਤਾ ਜੀ ਨੇ ਫਿਰ ਉਹ ਜਿੱਥੇ ਕੀਰਤ ਪ੍ਰਸਾਦ ਸ਼ਿਵਾਲਿਕ ਪਹਾੜੀ ਦੀ ਟੀਸੀ, ਉੱਥੇ ਛਟੀ ਗੱਡ ਦਿੱਤੀ। ਅੱਜ ਵੀ ਉਹ ਨਿੰਮ ਦਾ ਬਹੁਤ ਵੱਡਾ ਦਰਖਤ ਹੈ, ਉਸ ਦੀ ਪੂਜਾ ਹੁੰਦੀ ਹੈ, ਸ਼ਰਧਾ ਦਾ ਪ੍ਰਤੀਕ ਹੈ। ਸੋ ਇੱਥੇ ਇਹ ਅਸਥਾਨ ਜਿੰਦਵੜੀ, ਜਿੱਥੇ ਗਊ ਦੇ ਵਿੱਚ ਜਿੰਦਵੜੀ, ਪਿਆਰ ਦੇ ਵਿੱਚ ਕਿੱਡੀ ਕੁਰਬਾਨੀ ਕੀਤੀ ਕਿ ਨਾਰਾਜ਼ਗੀ ਸਹਿਣ ਨਾਲੋਂ ਪ੍ਰਾਣ ਹੀ ਦੇ ਦੇਣੇ, ਪ੍ਰਾਣ ਨਿਸ਼ਾਵਰ ਕਰ ਦੇਣੇ। ਪਿਆਰ ਦੀਆਂ ਇਹ ਕਥਾਵਾਂ ਹਨ, ਐਸੀਆਂ ਪਿਆਰ ਦੀਆਂ ਇਹ ਡੋਰਾਂ ਹਨ ਜਿਹਦੇ ਵਿੱਚ ਪਰਮੇਸ਼ਰ ਵੀ ਬੰਨਿਆ ਜਾਂਦਾ, ਪਰ ਇਹ ਕੋਈ ਸੌਖੀ ਨਹੀਂ। ਪਿਆਰ ਦੀ ਕਹਾਣੀ ਕਰਨੀ ਸੌਖੀ ਹੈ, ਪਰ ਨਿਭਾਉਣੀ ਕਿੰਨੀ ਔਖੀ। ਇਹਨੂੰ ਨਿਭਾਉਣ ਵਾਸਤੇ ਕੀ ਕਰਨਾ ਪੈਂਦਾ? ਸੀਸ ਤਲੀ ਤੇ ਧਰਨਾ ਪੈਂਦਾ ਔਖੀ ਖੇਡ ਪ੍ਰੇਮ, ਮੈਂ ਪੈਂਦਾ ਔਖੀ ਖੇਡ
प्रेम ਤਰਨਾ ਪੈਂਦਾ ਔਖੀ ਖੇਡ ਪ੍ਰੇਮ ਦੀ ਪੁਤਲੀ ਤੇ ਕੀ ਖੇਡ ਪ੍ਰੇਮ ਦੀ ਪ੍ਰੇਮ ਖਿਲਣ ਕਾ ਚਾਓ ਪ੍ਰੇਮ ਦੇ ਵਿੱਚ ਕੋਈ ਸ਼ਿਕਵਾ ਨਹੀਂ ਕੋਈ ਸ਼ਿਕਾਇਤ ਨਹੀਂ ਉਹਦੇ ਵਿੱਚ ਤਾਂ ਕੁਰਬਾਨੀ ਹੈ ਸਮਰਪਣ ਹੋਣਾ ਹੈ ਪਹਿਲਾ ਮਰਨ ਕਬੂਲ ਉਹ ਸਵਨ ਕੀ ਰੇਣ ਕਾ ਪਿਆਰ ਦੇ ਵਿੱਚ ਕਿੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਪਿਆਰ ਚ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਐ ਹੁਣ ਜੋ ਬਾਬਾ ਬਕਾਲਾ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਦੇ ਬਚਨ ਜਦੋਂ ਉਹਨਾਂ ਨੂੰ ਪੁੱਛਿਆ ਕਿ ਪਾਤਸ਼ਾਹ ਤੁਸੀਂ ਤਾਂ ਹੁਣ ਸਰੀਰ ਤਿਆਗ ਰਹੇ ਹੋ ਗੁਰੂ ਕਿਸੇ ਦੀ ਬਾਂਹ ਫੜਾ ਕੇ ਜਾਂਦੇ ਹਨ ਸਾਨੂੰ ਕਿਸ ਦੇ ਲੜ ਲਾ ਰਹੇ ਹੋ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪੰਜ ਸਾਹਿਬਜ਼ਾਦੇ ਸਨ ਵੱਡੇ ਬਾਬਾ ਗੁਰਦਿੱਤਾ ਜੀ ਸਰੀਰ ਛੱਡ ਕੇ ਉਹਨਾਂ ਦੇ ਸਪੁੱਤਰ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਗਈ ਗੁਰੂ ਹਰ ਰਾਏ ਪਾਤਸ਼ਾਹ ਜੀ ਨੂੰ ਉਸ ਸਮੇਂ ਪੋਤਰੇ ਨੂੰ ਗੱਦੀ ਮਿਲੀ ਹੁਣ ਕਿਉਂਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਨੂੰ ਦਿੱਤੀ ਹਰ ਰਾਏ ਪਾਤਸ਼ਾਹ ਜੀ ਉਹਨਾਂ ਦੇ ਪੋਤਰੇ ਸਨ ਤੇ ਗੁਰੂ ਹਰ ਰਾਏ ਪਾਤਸ਼ਾਹ ਜੀ ਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਅੱਜ ਪੋਤਰਾ ਕਿਉਂਕਿ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਰਿਸ਼ਤੇ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪੋਤਰਾ ਲੱਗਦੇ ਨੇ ਅਤੇ ਉਹ ਬਚਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਕਿ ਕਿਰਪਾ ਗੱਦੀ ਇਹਨਾਂ ਦੇ ਪਿੱਛੇ ਚੱਲ ਕੇ ਆਓ ਗੁਰੂ ਤੇਗ ਬਹਾਦਰ ਪਾਤਸ਼ਾਹ ਉਹਨਾਂ ਦਾ ਨਾਮ ਤਿਆਗਮੱਲ ਸੀ ਪਰ ਤੇਗ ਦੇ ਚਹੌਰ ਦਹਾ ਖਾਣ ਕਰਕੇ ਤੇਗ ਬਹਾਦਰ ਹੋਇਆ ਫਿਰ ਇਹੀ ਹੋਇਆ ਕਦੇ ਗੁਰੂ ਨੇ ਪੋਤਰੇ ਨੂੰ ਗੱਦੀ ਦਿੱਤੀ ਤੇ ਪੋਤਰੇ ਨੇ ਫਿਰ ਬਾਬੇ ਨੂੰ ਦਿੱਤੀ ਇਹ ਬਚਨ ਕੀਤੇ ਕਿ ਬਾਬਾ ਵਸੇ ਬਕਾਲੇ ਵੜ ਗੁਰ ਸੰਗਤ ਸੰਭਾਲੇ ਫਿਰ ਭਾਈ ਮੱਖਣ ਸ਼ਾਹ ਰਾਹੀਂ ਉਹ ਪ੍ਰਗਟ ਹੋਏ ਇਹ ਪਿਆਰ ਦਾ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਪ੍ਰਗਟਾਵਾ ਹੈ ਪਿਆਰ ਦਾ ਹੁਣ ਪਿਆਰ ਇੱਕ ਐਸੀ ਖੇਡ ਹੈ
ਕਿ ਜਿਹੜੀ ਗੁਰੂ ਦੀ ਪ੍ਰੀਤ ਹੈ, ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ, ਉਹਨਾਂ ਨੂੰ ਕੀ ਪਤਾ ਜਿਹਨਾਂ ਲਾ ਕੇ ਨਾ ਡਿੱਠੀ ਹੈ। ਕਬੀਰ ਜੀ ਵਾਰ ਵਾਰ ਪਿਆਰ ਦੀਆਂ ਗੱਲਾਂ ਕਰਦੇ ਨੇ ਕਿ ਪਿਆਰ ਦੇ ਵਿੱਚ ਭਗਤ ਸਾਰਿਆਂ ਨੇ ਕੀਤੀਆਂ ਨੇ। ਰਹਿਮਰ ਨੇ ਕਿਹਾ, ਰਹਿਮਰ ਤਾਗਾ ਪ੍ਰੇਮ ਕਾ ਮਤ ਇਹ ਟੂਟ ਜਾਏ, ਇਹ ਪ੍ਰੇਮ ਦੀ ਡੋਰੀ ਟੁੱਟੇ ਨਾ ਜੀ। ਟੁੱਟ ਗਈ ਫਿਰ ਕੀ ਹੋ, ਜੇ ਇਹ ਟੁੱਟ ਗਿਆ ਤਾਂ ਕਹਿੰਦੇ ਜੇ ਇਹ ਟੁੱਟ ਗਈ ਤਾਂ ਗਾਂਠ ਫੜੇਗੀ ਆਏ। ਉਹ ਜਿਹੜੀ ਟੁੱਟੀ ਗੰਢੀ, ਟੁੱਟੀ ਗੰਢ ਨਹਾਰ ਗੋਪਾਲ ਗੰਢ ਪਈ ਦਿਸਦੀ ਹੈ। ਇਹ ਪ੍ਰੇਮ ਦੀ ਡੋਰ ਕਿ ਐਸੀ ਹੈ ਕਿ ਇਹ ਨਿਭ ਜਾਵੇ, ਕਿਉਂਕਿ ਪਿਆਰ ਦੀਆਂ ਆਪਾਂ ਇਹ ਪ੍ਰਮਾਣ ਸਾਰੇ ਇਹ ਦੇ ਕੇ ਫਿਰ ਜੋ ਅਸੀਂ ਇਹ ਮਨਾਉਂਦੇ ਹਾਂ ਹਰ ਚੜ੍ਹਦੀ ਪੂਰਨਮਾਸੀ, ਆਪਣੇ ਮਨਾਂ ਨੂੰ ਮਨਾਈਏ, ਜੁਗਤ ਨੂੰ ਅਪਣਾਈਏ, ਜਿਸ ਦੇ ਨਾਲ ਨਿਰੋਗੀ ਕਾਇਆ ਮਿਲੇ, ਸਾਡੇ ਦੁੱਖ ਰੋਗ ਦੂਰ ਹੋਣ। ਫਿਰ ਅਰਦਾਸ ਕਰੀਏ, ਅਰਦਾਸ ਸਦਾ ਹੀ ਐਸੀ ਹੁੰਦੀ ਹੈ। ਨਿਭਦੇ ਮਾਲਕਾ ਨਿਭਦੇ ਸਾਡੀ ਪੀਰਾਂ ਨਾਲ, ਹੋ ਨਿਭਦੇ ਮਾਲਕਾ ਨਿਭਦੇ ਸਾਡੀ ਪੀਰਾਂ ਨਾਲ ਮੇਰੀ ਦਾਨੀ। ਸਾਡੀ ਪੀਰਾਂ ਨਾਲ ਨਿਭਦੇ ਮਾਲਕਾ ਨਿਭਦੇ ਸਾਡੀ ਪੀਰਾਂ ਨਾਲ ਮੇਰੀ ਦਾਨੀ। ਨਾਲ ਮੇਰੀ ਦਾਨੀ ਸਾਡੀ ਪੀਰਾਂ ਨਾਲ ਮੇਰੀ ਦਾਨੀ। ਉਹ ਪੀਰਾਂ ਨਾਲ ਮੇਰੀ ਦਾਨੀ ਸਾਡੀ ਪੀਰਾਂ ਨਾਲ ਮੇਰੀ ਦਾਨੀ। ਨਿਭਦੇ ਮਾਲਕਾ ਨਿਭਦੇ ਸਾਡੀ ਪੀਰਾਂ ਨਾਲ, ਨਿਭਦੇ ਮਾਲਕਾ ਨਿਭਦੇ ਸਾਡੀ ਪੀਰਾਂ ਨਾਲ ਮੇਰੀ ਦਾਨੀ। ਚਕੋਰ ਪ੍ਰੀਤ ਹੈ ਲਾਇ ਤਾਰ ਨਿਹਾਲੇ, ਹੁਣ ਚੱਕ ਵੀ ਸੂਰਜ ਹੇਤ ਹੈ, ਹੁਣ ਸਖਾਲੇ ਚੰਦਰਮਾ ਦੇ ਨਾਲ ਚਕੋਰ ਦੀ ਪ੍ਰੀਤ ਹੈ, ਚੱਕਵੀ ਦੀ ਸੂਰਜ ਨਾਲ ਹੈ, ਉਸ ਵੱਲ ਵੇਖਦੀ ਹੈ, ਪ੍ਰੀਤ ਇੱਕ ਅੰਗੀ ਹੈ। ਉਹ ਨਿਹੋ ਕਮਲ ਜਲ ਚਾਣੀ ਹੈ ਖਿੜ ਮੋਤ ਖਾਲੇ, ਕਮਲ ਦੀ ਪਾਣੀ ਨਾਲ ਹੈ, ਇਹ ਹੈ ਇੱਕ
ਇੱਕ ਅੰਗ ਇਹਨੂੰ ਪਤਾ ਹੀ ਨਹੀਂ ਸੂਰਜ ਨੂੰ ਕਿ ਚੱਕ ਵੀ ਮੇਰੇ ਵੱਲ ਦੇਖਦੀ ਚਕੋਰ ਨੂੰ ਪਤਾ ਦੇਖਣਾ ਚੰਦਰਮਾ ਵੱਲ ਚੰਦਰਮਾ ਨੂੰ ਪਤਾ ਹੀ ਨਹੀਂ ਇਸੇ ਤਰ੍ਹਾਂ ਨਾਲ ਉਹ ਨਾਰ ਪਧਾਰ ਪਿਆਰ ਹੈ ਮਾਂ ਸੰਭਾਲੇ ਹੁਣ ਪਤੀ ਦੇ ਨਾਲ ਨਾਰ ਪਧਾਰ ਉਹਨਾਂ ਦਾ ਆਪਸ ਵਿੱਚ ਕਿੰਨਾ ਮੋਹ ਹੈ ਮਾਂ ਦਾ ਪੁੱਤ ਨਾਲ ਕਿੰਨਾ ਮੋਹ ਹੈ ਇਸੇ ਤਰ੍ਹਾਂ ਦੇ ਨਾਲ ਜਿਵੇਂ ਮਾਂ ਨੂੰ ਪੁੱਤਰ ਪਿਆਰੇ ਨੇ ਉਹ ਭਗਤ ਪਿਆਰੇ ਰੱਬ ਨੂੰ ਹੁੰਦੇ ਨੇ ਤੇ ਪੀਰ ਤੇ ਮਰੀਦ ਦੀ ਪ੍ਰੀਤ ਦੋ ਅੰਗੀ ਹੈ ਦੋਵੇਂ ਪਾਸਿਓਂ ਜੇ ਇੱਕ ਕਦਮ ਗੁਰੂ ਵੱਲ ਮਰੀਦ ਪੀਰ ਵੱਲ ਪੁੱਟਦਾ ਤਾਂ ਕਿੰਨੇ ਕਦਮ ਅੱਗੋਂ ਗੁਰੂ ਪੀਰ ਲੈਣ ਆਉਂਦਾ ਇਹ ਅਰਦਾਸ ਹੈ ਇਹ ਪਿਆਰ ਦੇ ਵਿੱਚ ਇਹ ਪ੍ਰੇਮ ਦੀ ਡੋਰੀ 'ਚ ਬੰਨੇ ਹੋਏ ਇਹ ਨਿਭ ਜਾਵੇ ਉਹ ਪੀਰ ਮਰੀਦਾਂ ਫਿਰ ਫੜੀ ਸੋ ਇਹ ਦਿਨ ਹੁਣ ਜਿਹੜਾ ਚੜ੍ਹਨਾ ਹੈ ਕਿੰਨੇ ਖੁਸ਼ੀ ਨਾਲ ਚਾਅ ਨਾਲ ਭੈਣਾਂ ਇਸ ਦਿਨ ਨੂੰ ਉਡੀਕਦੀਆਂ ਹਨ ਕਿ ਇਹ ਪਿਆਰ ਦਾ ਇਹ ਧਾਗਾ ਇਹਦੇ ਵਿੱਚ ਭਰਾ ਨੂੰ ਬੰਨ ਲੈਂਦੀਆਂ ਨੇ ਕਿਉਂਕਿ ਸਾਡੇ ਅਸੂਲ ਹਨ ਉਹ ਅਸੂਲ ਕੀ ਨੇ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਹੁਣ ਜਿਹੜੀ ਬਰਾਬਰ ਦੀ ਉਹ ਭੈਣ ਹੈ ਉਮਰ 'ਚ ਛੋਟੀ ਹੈ ਧੀ ਸਮਾਨ ਹੈ ਵੱਡੀ ਹੈ ਮਾਤਾ ਸਮਾਨ ਹੈ ਹੁਣ ਇਸ ਤਰ੍ਹਾਂ ਦੇ ਨਾਲ ਇਹ ਅਸੂਲ ਦਾ ਇਹ ਪ੍ਰਤੀਕ ਹੈ ਕਿ ਬਰਾਬਰ ਹੁਣ ਉਹ ਭੈਣ ਸਮਾਨ ਫਿਰ ਕਦੇ ਉਹਦੇ ਵਿੱਚ ਦੁੱਖ ਦ੍ਰਿਸ਼ਟੀ ਨਹੀਂ ਆਊ ਫਿਰ ਇਹ ਵਾਸ਼ਨਾ ਨਹੀਂ ਆਊ ਉਪਾਸਨਾ ਹੋਊ ਕਿਉਂਕਿ ਨਿਰਮਲ ਭਾਉ ਹੈ ਪਿਆਰ ਹੈ ਸੋ ਇਸ ਤਰ੍ਹਾਂ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਪਹੁੰਚੇ ਹਾਂ ਮਨਾਉਣ ਦੇ ਆਪੋ ਆਪਣੇ ਢੰਗ ਹਨ ਪਰ ਜਿਹੜਾ ਗੁਰੂ ਨੂੰ ਮਨਾਉਣਾ ਹੈ ਉਹ ਪ੍ਰੇਮ ਦੇ ਵਿੱਚ ਗੋਬਿੰਦ ਭਾਉ ਭਗਤ ਦਾ ਭੁੱਖਾ ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਜਦੋਂ ਹੁਣ ਗੁਰੂ ਨੂੰ ਆਪਾਂ ਸਮਰਪਿਤ ਹੋ ਗਏ ਨਮਸਕਾਰ ਕੀਤੀ ਫਿਰ ਗੁਰੂ ਦਾ ਹੁਕਮ ਵੀ ਮੰਨੀਏ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਇਹ ਪਾਤਸ਼ਾਹ ਕਹਿ ਰਹੇ ਨੇ ਸਾਚ ਕਹੋ ਸੁਣ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਕਹਿੰਦੇ ਜਿਹੜੇ ਵੀ ਪ੍ਰੇਮ ਕਰਨਗੇ ਉਹਨਾਂ ਨੂੰ ਇਹ ਪ੍ਰਾਪਤੀ ਹੋ ਜਾਵੇਗੀ ਸੋ ਇਹ ਪਿਆਰ ਦੇ ਵਿੱਚ ਆਈਏ ਬਾਕੀ ਤਾਂ ਮੋਹ ਹੈ ਮੋਹ 'ਚ ਅਸੀਂ ਫਸ ਜਾਂਦੇ ਹਾਂ ਫਸੇ ਹੋਏ ਫਿਰ ਜੰਮਦੇ ਹਾਂ ਫਿਰ ਮਰਦੇ ਹਾਂ ਠੀਕ ਹੈ ਜ਼ਿੰਮੇਵਾਰੀਆਂ ਨਿਭਾਓ ਪਰ ਅਸਲ ਕਾਰਜ ਉਹ ਕਰੋ ਜਿਹੜਾ ਗੁਰੂ ਨਾਲ ਪ੍ਰੇਮ ਹੈ ਪਿਆਰ ਹੈ ਸੋ ਤੁਸੀਂ ਇਸੇ ਪਿਆਰ 'ਚ ਇਸ ਪਿਆਰ 'ਚ ਇਸ ਦਰਬਾਰ ਦੀ ਹਾਜ਼ਰੀ ਭਰੀ ਸਵੇਰੇ ਵੀ ਸਤਸੰਗ ਹੋਏ ਪਰਸੋਂ ਅਖੰਡ ਪਾਠ ਪ੍ਰਾਰੰਭ ਹੋਏ ਜਪਜੀ ਸਾਹਿਬ ਦੇ ਲਗਾਤਾਰ ਪਾਠ ਹੋਏ ਪਿਆਰ ਵਾਲੇ ਪ੍ਰੇਮੀ ਵਿਦੇਸ਼ਾਂ ਤੋਂ ਵੀ ਆਏ ਭਾਈ ਬਲਰਾਜ ਸਿੰਘ ਜੀ ਪਹੁੰਚੇ ਹੋਰ ਵੀ ਕਿੰਨੀਆਂ ਰੂਹਾਂ ਦੇ ਦਰਸ਼ਨ ਦੀਦਾਰ ਹੋਏ ਸੋ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰੋ ਅਤੇ ਆਪਾਂ ਇਸ ਅਸਥਾਨ 'ਤੇ ਕਿਉਂਕਿ ਇੱਕ ਗੋਡ ਗਿਫਟ ਹੀ ਹੈ ਕਿ ਬਹੁਤ ਹੀ ਪਵਿੱਤਰ ਜਲ ਇੱਥੋਂ ਵਹਿੰਦਾ ਹੈ ਇਸੇ ਜਲ 'ਚੋਂ ਹੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਖੰਡੇ ਬਾਟੇ ਦੇ ਜਿਹੜੇ ਅੰਮ੍ਰਿਤ ਤਿਆਰ ਕੀਤੇ ਇਹ ਜਲ ਸਤਲੁਜ ਦਾ ਲਿਆ
ਇਹ ਹੁਣ ਦਰਿਆ ਦੇਖੋ ਕਿੰਨਾ ਨਿਰਮਲ ਜਲ ਵਗਦਾ ਹੈ, ਪਵਿੱਤਰ ਹੈ। ਪਹਿਲੇ ਰਿਸ਼ੀਆਂ ਮੁਨੀਆਂ ਦੇ ਆਸ਼ਰਮ ਦਰਿਆਵਾਂ ਦੇ ਕਿਨਾਰੇ ਹੀ ਹੁੰਦੇ ਸਨ, ਲੋੜਾਂ ਬਹੁਤ ਘੱਟ ਸਨ। ਹੁਣ ਸਮਾਂ ਬਦਲ ਗਿਆ, ਲੋੜਾਂ ਵੱਧ ਗਈਆਂ। ਪਹਿਲਾਂ ਤਾਂ ਇਹ ਇਲਾਕਾ ਟੁੱਟਿਆ ਹੀ ਰਹਿੰਦਾ ਸੀ, ਇਹ ਤਾਂ ਮਹਾਂਪੁਰਸ਼ ਜੋ ਹੁਣ ਸਰੀਰ 'ਤੇ ਆ ਗਏ ਸੱਚਖੰਡ ਵਾਸੀ ਸੰਤ ਬਾਬਾ ਲਾਭ ਸਿੰਘ ਜੀ, ਉਹਨਾਂ ਨੇ ਕਿਰਪਾ ਕੀਤੀ, 8 ਪੁਲ ਲਾ ਦਿੱਤੇ, ਜੋੜ ਦਿੱਤਾ ਇਲਾਕਾ। ਫਿਰ ਸਾਨੂੰ ਸੇਵਾ ਮਿਲੀ, ਅਸੀਂ ਰਾਤਾਂ ਨੂੰ ਇੱਥੇ ਦੀਵਾਨ ਸਤਸੰਗ ਕੀਤੇ, ਕਿੰਨੀ ਸੰਗਤ ਜੁੜੀ। ਫਿਰ ਇਹ ਪ੍ਰਵਾਹ ਚੱਲਿਆ ਹੀ ਆ ਰਿਹਾ ਹੈ। ਜਦੋਂ 400 ਸਾਲਾ ਸੀ, ਗੁਰੂ ਪਾਤਸ਼ਾਹ ਜੀ ਦਾ ਅੰਮ੍ਰਿਤਸਰ ਮਨਾਇਆ ਜਾ ਰਿਹਾ ਸੀ, ਇੱਥੇ ਹਰ ਸਾਲ ਹੀ ਤੁਹਾਡੀ ਪੱਟੋ ਨਗਰ ਦੇ ਵਿੱਚ ਹੁਣ ਵੀ ਮਨਾਉਂਦੇ ਹਾਂ, 1 ਅਗਸਤ ਨੂੰ ਉੱਥੇ ਸਤਸੰਗ ਹੋਣੇ ਨੇ। ਅਤੇ ਉਸ ਸਮੇਂ ਤੋਂ ਦੇਖ ਲਓ ਕਿੰਨੇ ਸਾਲਾਂ ਦੇ ਸਾਲ ਲੰਘ ਗਏ, 2004 ਤੋਂ ਫਿਰ ਕਿੰਨੇ ਹੀ ਸਮਾਂ ਲੰਘ ਗਿਆ, 15 ਸਾਲ ਇਸ ਇਲਾਕੇ ਦੇ ਵਿੱਚ ਲੱਗ ਗਏ। ਪਰ ਤੁਹਾਡਾ ਜਿਹੜਾ ਇਹ ਪ੍ਰੇਮ ਹੈ, ਇਹ ਪਿਆਰ ਹੈ, ਵੱਧਦਾ ਹੀ ਜਾ ਰਿਹਾ ਹੈ। ਫਿਰ ਇੱਥੇ ਦੇਖੋ, ਆ ਭਾਈ ਗੁਰਮੀਤ ਸਿੰਘ ਕਵਿਤਾ ਪੜ੍ਹ ਰਹੇ ਸਨ ਕਿ ਕਿਵੇਂ ਇੱਕ ਪ੍ਰੇਮੀ ਪਿਆਰ ਵਾਲਾ ਲੰਬੜਦਾਰ ਭਾਈ ਤਰਸੇਮ ਸਿੰਘ ਜੀ, ਉਹਨਾਂ ਨੇ ਇਹ ਭੂਮੀ ਦਾਨ ਕੀਤਾ, ਨਹੀਂ ਤਾਂ ਜੱਟ ਵੱਟ 'ਤੇ ਲੜਦਾ ਹੈ। ਇਹ ਪਿਆਰ 'ਚ ਸਮਰਪਣ ਕੀਤਾ ਕਿ ਇੱਥੇ ਪਰੋਪਕਾਰ ਹੋਵੇ, ਪਰੋਪਕਾਰੀ ਮਹਾਂਪੁਰਸ਼ਾਂ ਦੇ ਜੀਵਨ ਸਾਥੀ, ਪਰਮ ਪੂਜਾ ਸਤਿਕਾਰਯੋਗ ਬੀ ਜੀ ਦੇ ਪਵਿੱਤਰ ਨਾਮ ਉੱਪਰ ਹਸਪਤਾਲ ਚੱਲ ਰਿਹਾ ਹੈ। ਦਵਾਈਆਂ ਹੋਮੋਪੈਥੀ ਦੀਆਂ, ਐਲੋਪੈਥੀ ਸਾਰੀਆਂ ਫਰੀ, ਫਿਰ ਫਿਜ਼ੀਓਥਰੈਪੀ, ਫਿਰ ਸਾਰੇ ਬੋਡੀ ਦੇ ਟੈਸਟ ਫਰੀ, ਕਿੱਡੀ ਇਹ ਕਿਰਪਾ ਹੋਈ। ਫਿਰ ਡਾਕਟਰ ਵੀ ਫਰੀ, ਨਹੀਂ ਤਾਂ ਡਾਕਟਰ ਨੂੰ ਲਿਆਓ ਕਿੰਨਾ ਔਖਾ ਹੈ। ਇੱਥੇ ਪਿਆਰ 'ਚ ਆ ਪ੍ਰੀਤੀ ਡਾਕਟਰ ਡੇਰਾ ਹੀ ਇਹ ਕੁਟੀਆ ਕਿਨਾਰੇ ਸਤਲੁਜ ਦੇ ਕਿਨਾਰੇ ਲਾ ਲਿਆ। ਅਤੇ ਇਸੇ ਤਰ੍ਹਾਂ ਡਾਕਟਰ ਮੱਕੜ ਇੰਗਲੈਂਡ ਦੇ ਸੁੱਖ ਆਰਾਮ ਤਿਆਗ ਕੇ ਇੱਥੇ ਬੈਠੇ। ਹੋਰ ਵੀ ਕਿੰਨੇ ਸਿੰਘ ਹਨ ਜਿਹੜੇ ਸੇਵਾ ਦੇ ਵਿੱਚ ਲੱਗੇ ਹੋਏ ਨੇ। ਸੋ ਐਸਾ ਸਥਾਨ ਜਿੱਥੇ ਆ ਕੇ ਆਪੇ ਹੀ ਬਿਮਾਰੀਆਂ ਦੂਰ ਹੋ ਜਾਂਦੀਆਂ। ਫਿਰ ਇਹ ਪੂਰਨਮਾਸੀ ਨੂੰ ਜਿਹੜਾ ਚੱਲਿਆ ਆ ਰਿਹਾ ਹੈ, ਵੈਦ ਮੇਘਨਾਥ ਸਨ, 50 ਸਾਲ ਅੱਧੀ ਸਦੀ ਉਹ ਇਹ ਕਰਦੇ ਰਹੇ, ਹੁਣ ਤਾਂ ਸਰੀਰ ਛੱਡ ਗਏ, ਕਿ ਉਹ ਇਸ ਨੂੰ ਬਣਾਉਂਦੇ ਵਿਧੀ ਪੂਰਵਕ। ਚੰਦਰਮਾ ਦੀਆਂ ਰਿਸ਼ਮਾਂ ਦੇ ਵਿੱਚ ਖੀਰ ਬਣਦੀ, ਜਿਹੜੀਆਂ ਰੁੱਤ ਅਨੁਸਾਰ ਜੜੀਆਂ ਬੂਟੀਆਂ ਪਾਈਆਂ ਜਾਂਦੀਆਂ, ਉਹ ਇੰਨਾ ਇਹਦੇ ਵਿੱਚ ਤਾਕਤ ਹੁੰਦੀ ਹੈ। ਹੁਣ ਦੇਖੋ ਸਤਲੁਜ ਦਰਿਆ ਨੇੜੇ ਵਗ ਰਿਹਾ ਹੈ, ਪੂਰਨਮਾਸੀ ਵਾਲੇ ਦਿਨ ਤਾਂ ਇਹ ਜੋਬਨ 'ਤੇ ਹੀ ਚੱਲਦਾ ਹੈ, ਸਮੁੰਦਰ 'ਚ ਵੀ ਜਵਾਰ ਭਾਟਾ ਆ ਜਾਂਦਾ ਹੈ। ਖਿੱਚ ਪੈਂਦੀ ਹੈ ਕਿ ਉਹਦੀ ਖਿੱਚ ਐਸੀ ਹੈ ਕਿ ਇਹਦੇ ਅੰਦਰ ਸਮੁੰਦਰ 'ਚ ਵੀ ਉਮਾਹ ਆਉਂਦਾ, ਉੱਪਰ ਉੱਠਦਾ ਹੈ। ਜੇ ਸੁਨਾਮੀ ਵਾਲੇ ਦਿਨ ਲਹਿਰਾਂ ਉੱਚੀਆਂ ਉੱਠੀਆਂ ਤਾਂ ਉਸ ਦਿਨ ਵੀ ਪੂਰਨਮਾਸੀ ਸੀ। ਸੋ ਇਸ ਤਰ੍ਹਾਂ ਦੇ ਨਾਲ ਸਾਡੇ ਜੀਵਨ ਦੇ ਵਿੱਚ ਵੀ ਉਤਸ਼ਾਹ ਆਉਣਾ ਚਾਹੀਦਾ ਹੈ। ਠੀਕ ਹੈ, ਸਮਾਂ ਲੰਘਦਾ ਜਾ ਰਿਹਾ ਹੈ, ਸਮਾਂ ਰੰਗ ਦਿਖਾਉਂਦਾ, ਸਮਾਂ ਨਾਮ ਤਬਦੀਲੀ ਦਾ ਹੈ, ਠਹਿਰਨ ਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਉਂਦਾ। ਇਹ ਤਾਂ ਛਿਨ ਛਿਨ ਔਦ ਵਿਹਾਦ ਹੈ, ਫੁੱਟੇ ਘੱਟ ਜਿਉਂ ਪਾਣੀ, ਲੰਘਦਾ ਜਾ ਰਿਹਾ ਹੈ, ਸਾਥੀ ਜਵਾਬ ਦਿੰਦੇ ਜਾ ਰਹੇ ਨੇ। ਪਰ ਅਸਲ ਦੇ ਵਿੱਚ ਉਸ ਗੱਲ ਵੱਲ ਨੂੰ ਚੱਲੀਏ ਜਿੱਥੇ ਸਾਨੂੰ ਮਹਾਂਪੁਰਸ਼ ਲਿਜਾਣਾ ਚਾਹੁੰਦੇ ਨੇ। ਅਸੀਂ ਉਸ ਦੇ ਨਾਲ ਇਹ ਚਿਕਿਤਸਾ ਜੋੜੀ ਹੈ ਮੰਤਰ, ਕਿ ਜੋ ਮਹਾਂਪੁਰਸ਼ਾਂ ਨੇ ਬਹੁਤ ਸਖੈਨ ਜੁਗਤ ਦੱਸੀ, 5 ਪਿਆਰੇ ਮੰਤਰ ਦਿੰਦੇ ਨੇ, ਅੰਮ੍ਰਿਤ ਛਕਾਉਂਦੇ ਨੇ, ਗੁਰੂ ਨਾਮ ਨਹੀਂ ਦਿੰਦੇ, ਨਾਮ ਤੰਦਰੋਂ ਮਿਲਦਾ, ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਉਹਦੇ ਤੱਕ ਪਹੁੰਚਣ ਵਾਸਤੇ ਸਰਵ ਰੋਗ ਕਾ ਔਖਦ ਨਾਮ, ਉੱਥੇ ਤੱਕ ਜਾਣ ਵਾਸਤੇ ਸਾਨੂੰ ਇਹ ਮੰਤਰ ਦੀ ਕਮਾਈ ਕਰਨੀ ਪੈਣੀ ਹੈ। ਕਿਵੇਂ ਕਰਨੀ ਹੈ? ਆ ਮੈਗਜ਼ੀਨ ਲੈ ਜਾਓ, ਪੁਸਤਕਾਂ ਲੈ ਜਾਓ, ਪੜ੍ਹੋ ਪ੍ਰੇਮ ਨਾਲ। ਇਹ ਨਹੀਂ ਕਿ ਤੁਹਾਨੂੰ ਇੱਕ ਵਾਰੀ ਪੜ੍ਹਨ ਨਾਲ ਪਤਾ ਲੱਗ ਜੂ। ਵੱਡੇ ਵੱਡੇ ਡਾਕਟਰ ਫਿਲੋਸਫਰ ਦੱਸਦੇ ਨੇ, ਇਹਦੇ ਜੇ ਗੱਲ ਕਰਨ ਲੱਗੇ ਬਹੁਤ ਸਮੇਂ ਦੀ ਲੋੜ ਹੈ, ਅਤੇ ਫਿਰ ਸਮਝ ਤੋਂ ਬਾਹਰ ਦੀਆਂ ਬਾਤਾਂ ਹਨ। ਪ੍ਰੈਕਟੀਕਲ ਜਿਹੜੇ ਕਰਦੇ ਨੇ, ਕਹਿ ਵੱਡੇ ਵੱਡੇ ਫਿਲੋਸਫਰ ਡਾਕਟਰ ਗੱਲ ਹੁੰਦੀ ਹੈ, ਉਹ ਕਹਿੰਦੇ ਅਸੀਂ ਸੁਰਤ ਸ਼ਬਦ ਮਾਰ ਗਏ,
8 ਵਾਰੀ ਪੜ੍ਹੀ ਤਾਂ ਹੁਣ ਜਾ ਕੇ ਥੋੜ੍ਹੀ ਜਿਹੀ ਸਮਝ 'ਚ ਆਈ, ਕਿਉਂਕਿ ਬਹੁਤ ਵੱਡੀ ਫਲਾਸਫੀ ਹੈ। ਹੈ ਅੱਖਰ ਸਿੱਧੇ ਮਹਾਂਪੁਰਸ਼ਾਂ ਨੇ ਐਡੀ ਵੱਡੀ ਫਲਾਸਫੀ ਨੂੰ, ਅੰਦਰ ਦੇ ਰਸਤੇ ਨੂੰ ਬਹੁਤ ਇਸ ਤਰ੍ਹਾਂ ਦੇ ਨਾਲ ਦੱਸ ਦਿੱਤਾ। ਚਲੋ ਜਿਹੜੇ ਨਹੀਂ ਪੜ੍ਹ ਸਕਦੇ ਉਹਨਾਂ ਨੇ, ਉਹਨਾਂ ਵਾਸਤੇ ਰਿਕਾਰਡ ਵੀ ਹੋਈ ਹੈ, ਸਤਸੰਗ ਹੀ ਹਨ, ਇਹ ਇੰਟਰਨੈਟ 'ਤੇ ਵੀ ਪਾਈ ਹੈ, ਕੈਸਟਾਂ ਵੀ ਮਿਲ ਜਾਂਦੀਆਂ ਇਸ ਇਲਾਕੇ 'ਚ, ਹਿਮਾਚਲ 'ਚ, ਸਾਰੇ ਹੋਰ ਜਿਹੜਾ ਐਪ ਡਾਊਨਲੋਡ ਕਰ ਲਓ ਸਾਰੇ ਸੰਸਾਰ 'ਚ ਹੀ ਹੋ ਜਾਂਦੀ ਇੰਟਰਨੈਟ ਤੋਂ। ਫਿਰ ਕੇਬਲ ਟੀ ਹੁੰਦੇ ਨੇ ਰਤਵਾੜਾ ਸਾਹਿਬ ਤੋਂ, ਬਾਬਾ ਗੁਰਦੀਪ ਸਿੰਘ ਜੀ, ਇਹ ਜਗ੍ਹਾ ਜਗ੍ਹਾ 'ਤੇ ਉਹ ਕੰਪਿਊਟਰਾਂ ਰਾਹੀਂ ਇਹ ਚੱਲਦਾ ਹੈ, ਅਤੇ ਇਹ ਪ੍ਰੋਗਰਾਮ 24 ਘੰਟੇ ਹੀ ਚੱਲਦੇ ਨੇ ਮਹਾਂਪੁਰਸ਼ਾਂ ਦੇ, ਉਹਨਾਂ ਬਚਨਾਂ ਤੋਂ ਲਾਹਾ ਲਓ। ਸੋ ਇਹਨੂੰ ਵਾਰ ਵਾਰ ਵਿਚਾਰੋ, ਜੇ ਤਾਂ ਪੜ੍ਹਿਆ ਤੇਤਾ ਕੜਿਆ ਫਿਰ ਪਤਾ ਲੱਗਦਾ ਹੈ, ਨਹੀਂ ਤਾਂ ਅਸੀਂ ਪੜ੍ਹਦੇ ਹਾਂ ਉੱਪਰਲੇ ਮਨ ਤੋਂ ਪੜ੍ਹਦੇ ਪੜ੍ਹਦੇ ਚਲੇ ਜਾਂਦੇ, ਜਿਵੇਂ ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਢਾਈ ਅੱਖਰ ਪ੍ਰੇਮ ਕੇ ਨਾ ਪੜ੍ਹੇ ਰਿਹਾ ਢੇਡ ਕਾ ਢੇਡ। ਜਦੋਂ ਇਹਨੂੰ ਪ੍ਰੇਮ ਨਾਲ ਸ਼ਰਧਾ ਨਾਲ ਪੜ੍ਹਦੇ ਹਾਂ, ਇਹ ਬਾਣੀ ਹੀ ਹੈ, ਬਾਣੀ ਦੀ ਵਿਚਾਰ ਹੀ ਹੈ, ਫਿਰ ਸਾਡੇ ਅੰਦਰ ਸ਼ਰਧਾ ਬਣਦੀ ਹੈ, ਅੰਦਰ ਦਾ ਰਸਤਾ ਖੁੱਲ੍ਹਦਾ ਹੈ। ਮਹਾਂਪੁਰਸ਼ਾਂ ਨੇ ਬੜੀਆਂ ਯੁਕਤੀਆਂ ਦੱਸੀਆਂ ਕਿ ਵੈਖਰੀ ਬਾਣੀ 'ਚ ਕਿਵੇਂ ਕਰਨਾ, ਫਿਰ ਮੱਧਮਾਂ 'ਚ ਕਿਵੇਂ ਜਾਣਾ, ਫਿਰ ਪਸੰਤੀ 'ਚ ਹਿਰਦੇ 'ਚ ਕਿਵੇਂ ਪਹੁੰਚਣਾ। ਬਿਨ ਜੀਵਾ ਜੋ ਜਪੇ ਹੈ ਆਏ ਕੋਈ ਜਾਣੇ ਕੈਸਾ ਨਾਉ, ਫਿਰ ਸਵਾਸ 'ਤੇ ਕਿਵੇਂ ਆਉਣਾ, ਅੰਦਰ ਨੂੰ ਜਾਂਦਾ ਵਾਹੇ ਬਾਹਰ ਨੂੰ ਆਉਂਦਾ ਗੁਰੂ। ਫਿਰ ਉਸ ਤੋਂ ਬਾਅਦ ਅਵਸਥਾਵਾਂ ਹਨ ਕਿ ਕਿਵੇਂ ਤ੍ਰਿਕੁਟੀ 'ਚ ਜਪਿਆ ਜਾਂਦਾ, ਧਿਆਤਾ ਧਿਆਨ 'ਤੇ ਆਗਿਆ ਚੱਕਰ 'ਚ ਜਪਦੇ ਹਾਂ, ਤ੍ਰਿਕੁਟੀ ਟੁੱਟਦੀ ਹੈ, ਧਿਆਤਾ ਧਿਆਨ 'ਤੇ ਇੱਕ ਹੋ ਜਾਂਦਾ ਹੈ। ਫਿਰ ਦਸਮ ਦੁਆਰਾ ਅਗਵਾਂ ਅਪਾਰਾ ਪਰਮ ਪੁਰਖ ਕੀ ਘਾਟੀ, ਅਵਸਥਾਵਾਂ ਹਨ ਗੁਰਮੁਖ ਰੋਮ ਰੋਮ ਹਰ ਧਿਆਵੇ, ਗੁਰਮੁਖ ਸਗਲੀ ਗਣਤ ਮਟਾਵੇ। ਫਿਰ ਅੱਗੇ ਕਿੰਨੀਆਂ ਅਵਸਥਾਵਾਂ ਹਨ, ਜੋ ਬੋਲਤ ਹੈ ਮਿਰਗ ਮੀਨ ਪਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ, ਹਰ ਹਟ ਪੀ ਤੂੰ ਤੂੰ ਕਰੇ ਬੋਲੇ ਭਲੀ ਬਾਣ। ਫਿਰ ਕਿੱਡੀਆਂ ਅਵਸਥਾਵਾਂ ਹਨ, ਕਿੰਨਾ ਫਿਰ ਇਹਦਾ ਫਲ ਹੈ। ਸੋ ਪੜ੍ਹੋ ਵਿਚਾਰੋ ਅੱਗੇ ਵਧੋ, ਅੱਗੇ ਹੀ ਵੱਧਦੇ ਜਾਈਏ, ਫਿਰ ਇਸ ਤਰ੍ਹਾਂ ਦੇ ਇਹ ਦਿਨ ਮਨਾਉਣ ਦਾ ਵੀ ਲਾਭ ਮਿਲਦਾ ਹੈ। ਸੋ ਆਓ ਸਤਿਪੁਰਸ਼ਾਂ ਦੀ ਜੁਗਤ ਮੁਤਾਬਕ ਕਰਕੇ ਫਿਰ ਅਰਦਾਸ ਵਿੱਚ ਜੁੜੀਏ। ਅਰਦਾਸ ਹੀ ਕੰਮ ਆਉਂਦੀ ਹੈ, ਜੋ ਬਾਤ ਦਵਾ ਨਾ ਕਰ ਸਕੀ, ਸੋ ਬਾਤ ਦੁਆ ਸੇ ਹੋਤੀ ਹੈ, ਕਾਮਲ ਮੁਰਸ਼ਦ ਮਿਲ ਜਾਏ ਤੋ ਬਾਤ ਖੁਦਾ ਸੇ ਹੋਤੀ ਹੈ। ਇਹ ਜਿਹੜੀ ਦਵਾ ਜਿੱਥੇ ਕੰਮ ਨਹੀਂ ਕਰਦੀ, ਦਵਾ ਕੰਮ ਕਿਉਂ ਨਹੀਂ ਕਰਦੀ, ਬੋਡੀ ਇਮਿਊਨ ਹੋ ਜਾਂਦੀ ਹੈ। ਇਹ ਔਖਦ ਆਏ ਰਾਸ ਵਿੱਚ ਆਪ ਖਲੋਇਆ, ਉਦੋਂ ਰਾਸ ਆਉਂਦੀ ਹੈ ਜਦੋਂ ਪਰਮੇਸ਼ਰ ਦਾ ਉਹ ਮੰਤਰ ਦਾ ਅਸੀਂ ਜਾਪ ਕਰਦੇ ਹਾਂ। ਡਾਕਟਰ ਪਰਮਵੀਰ ਰਾਹੁਲ, ਉਹਨਾਂ ਦੀ ਬੱਚੀ ਹਰਮਨ, ਡਾਕਟਰ ਨੇ ਹੋਸਪਿਟਲ ਦਾ ਉਦਘਾਟਨ ਕੀਤਾ, ਉਹ ਡਾਕਟਰ ਸਾਹਿਬ ਜਦੋਂ ਦਵਾਈ ਦਿੰਦੇ ਨੇ ਤਾਂ ਨਾਲ ਕਹਿਣਗੇ ਕਿ ਮੂਲ ਮੰਤਰ ਪੜ੍ਹੀ, ਬੜੇ ਸਿਆਣੇ ਹਨ। ਸੋ ਉਹਦੇ ਨਾਲ ਦਵਾਈ ਦੇ ਨਾਲ ਜਦੋਂ ਅਸੀਂ ਇਹ ਮੰਤਰ ਚਿਕਿਤਸਾ ਅਪਣਾਉਂਦੇ ਹਾਂ ਤਾਂ ਰਾਸ ਆ ਜਾਂਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਫਿਰ ਜਦੋਂ ਅਰਦਾਸ ਹੁੰਦੀ ਹੈ, ਜੋ ਦੁਆ ਨਹੀਂ ਕਰ ਸਕੀ ਉਹ ਦੁਆ ਦੇ ਨਾਲ ਗੱਲ ਹੋ ਜਾਂਦੀ ਹੈ। ਪਰ ਕਹਿੰਦੇ ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ, ਦਿਮਾਗ ਤੋਂ ਨਹੀਂ, ਦਿਮਾਗ ਤਾਂ ਤਰਕਾਂ ਕਰੂ, ਪਰ ਮੁਸ਼ਕਲ ਤੋਂ ਜੇ ਕਿ ਜੇ ਮੁਸ਼ਕਲ ਸੇ ਹੋਤੀ ਹੈ, ਦਿਲ ਦੀ ਬਾਤ ਹੈ, ਦਿਲ ਦੀ ਦਿਲ ਨਾਲ। ਸੋ ਆਓ ਉਹ ਕਰੀਏ, ਉਹ ਕਰਕੇ ਫਿਰ ਆਪਾਂ ਅਰਦਾਸ ਵਿੱਚ ਜੁੜੀਏ, ਫਿਰ ਸਮੇਂ ਸਿਰ ਘਰਾਂ ਨੂੰ ਚਾਲੇ ਪਾਓ। ਇੱਥੇ ਸੇਵਾ ਦਾ ਸਿਮਰਨ ਦਾ ਕੁੰਭ ਚੱਲ ਰਿਹਾ ਹੈ, ਕਿੰਨੀਆਂ ਸੰਗਤਾਂ ਸੇਵਾ ਕਰਦੀਆਂ ਹਨ। ਸੋ ਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਇਹ ਨਿਰੰਤਰ ਪ੍ਰਵਾਹ ਚੱਲਦਾ ਰਹੇ। ਆਓ ਸਾਰੇ ਜਿੰਨੇ ਵੀ ਹਨ ਪਹਿਲਾਂ ਬੋਲ ਕੇ ਕਰੋ, ਫਿਰ ਅੰਦਰ ਸੁਣੋ, ਉਸ ਤੋਂ ਉਪਰੰਤ ਅਰਦਾਸ ਵਿੱਚ ਜੁੜੋ। ਵਾਹੇ
तुम ठाकर तुम जियो पिंड तुम मात पिता हम तुम्हारी कृपा अरदास हमारी कह नानक साहब तेरी वड़िया जी सतनाम श्री वाहिगुरु 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 साहिब जीओ तू सम्राथ कंथ गुर्जर जीओ पिण तेरी रास रहम तेरी सुखबा सदा नानक की अरदास एक ओंकार श्री वाहिगुरु जी की फतेह श्री भगवती जी सहाय वा श्री भगवती की पातशाही दसवीं प्रथम भगवती सिमर का गुरु नानक लई दयाय फिर अंगद गुरती अमरदास रामदास सहाय अर्जन हर गोविंद नाम सिमरु श्री हरदाय श्री हर कृष्ण की ध्याया दिन रिठी शब्द खजाई तेग बहादुर सिमरिया घर नौन दयावताय सावथणा जी सहाय सावथणा जी सहाय दसवें पातशाह सह श्री गुरु गोविंद सिंह जी महाराज सावथणा जी सहाय सावथणा जी सहाय दसां पातशाहियां दी जागदी जोत गुरबाणी सरूप धन धान साहिब श्री गुरु ग्रंथ साहिब महाराज जी दे पाठ दर्शन उपदेश जी का ध्यान करके खालसा जी साहिब पूर्णा जी सतगुरां दे पंज प्यारे चार साहिबजादे चाली मुक्ति हटियां जपियां तपियां जिन्हां ने नाम जपिया ਵੰਡ ਕੇ ਛਕਿਆ ਦੇਖ ਦਲਾਈ ਤੇਗ ਬਾਣੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸੱਜਿਆਰਿਆਂ ਦੀਆਂ ਪਾਵਨ ਕਮਾਈਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਪੂਰਣਾ ਜੀ ਜਿਹਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਧਰਮ ਹੀਤ ਚੀਜ਼ ਦਿੱਤੇ ਬੰਦ ਬੰਦ ਕਟਵਾਏ ਕੂਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਸਿੱਖੀ ਗੀਤਾਂ ਸਵਾਸਾਂ ਸੰਗਨਿਵਾਹੀ ਧਰਮ ਨੀ ਹਾਰਿਆ ਜੀ ਦੇ ਬਾਣੇ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ ਤਿਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਸਿੰਘਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਪੂਰਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਸਰੂਵਰਾਂ ਸੰਤਾਂ ਮਹਾਂਪੁਰਸ਼ਾਂ ਦੀਆਂ ਪਾਵਨ ਪਵਿੱਤਰ ਕਮਾਈਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਪੂਰਣਾ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿਤੇ ਆਵੇ ਚਿਤਾਵਨ ਕਾ ਸਤਿਕਾਰ ਸਰਬ ਸੁਖ ਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆਰਿਆਂ ਆਜਤ ਦੇਖ ਦੇਖ ਫਤਿਹ ਬਿਰਧ ਕੀ ਪਾਜ ਪੰਥ ਕੇ ਦੀਤ ਸ੍ਰੀ ਸਾਹਿਬ ਜੀ ਸਾਹਿਬ ਗੁਰੂ ਖਾਲਸਾ ਜੀ ਕੇ ਬੁਰ ਵਾਰੇ ਬੁਰੜਾ ਜੀ ਗੁਰੂ ਪਿਤਾ ਜੀ ਬਖਸ਼ਣਾ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਪਿਸਾਵ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਸਰੂਪ ਰਿਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਖਾਲਸਾ ਜੀ ਸਾਹਿਬ ਬੁਰੜਾ ਜੀ
ਗੁਰੂ ਪਿਤਾ ਜੀ ਹੋ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਕੇ ਰਾਖੇ ਆਪ ਕਾਰ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਿਤਾ ਜੀ ਆਦ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕਰਕੇ ਸਮੂਹ ਗੁਰਦੁਆਰਿਆਂ ਗੁਰਧਾਮਾਂ ਸਰੂਰਾਂ ਦੇ ਖੁੱਲੀ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪ ਦੇ ਖਾਲਸਾ ਜੀ ਨੂੰ ਵਾਖੂ ਹੀਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਉਲਟਿਆਂ ਦੀ ਉਲਟ ਧਾਰਨ ਗੁਰਦੇਵ ਗੁਰੂ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਪਾਤਸ਼ਾਹ ਜੀ ਆਪ ਜੀਆਂ ਦੇ ਪਾਵਨ ਚਰਨਾਂ ਕਮਲਾਂ ਪਾਸ ਸਰਬੱਤ ਸੰਗਤਾਂ ਵੱਲੋਂ ਮਿਲ ਕਰਕੇ ਅਰਦਾਸ ਬੇਨਤੀ ਜੋਦਰੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਦਰੋਂ ਘਰੋਂ ਵਰਸਾਏ ਗਏ ਸਾਧ ਪੁਰਸ਼ ਧੰਨ ਧੰਨ ਸੰਤ ਮਹਾਰਾਜ ਜੀ ਦੇ ਪਰਮ ਸਤਿਕਾਰ ਯੋਗ ਬੀਜੀ ਹੋਣਾ ਦੀ ਸਿਮਰਤੀ ਦੇ ਅੰਦਰ ਪ੍ਰਗਟਾਏ ਗਏ ਪਾਵਨ ਪਵਿੱਤਰ ਸਥਾਨ ਸੰਤ ਵੇਲਾ ਰਾਮਗੜ੍ਹ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਤਿਪੁਰਸ਼ਾਂ ਵੱਲੋਂ ਚਲਾਈ ਹੋਈ ਪ੍ਰਪਾਟੀ ਅਨੁਸਾਰ ਚੜ੍ਹਦੀ ਪੂਰਨਵਾਸੀ ਦੇ ਸਤ ਸੰਗ ਸਮਾਗਮ ਸਜਾਉਣਾ ਕੀਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੀ ਰਹਿਮਤ ਵਾਰਤੀ ਅੱਜ ਦੇ ਸਜੇ ਹੋਏ ਦੇਵਾਨਾਂ ਦੇ ਅੰਦਰ ਸੰਤ ਪੁਰਸ਼ਾਂ ਵੱਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਮਹਾਨ ਪਵਿੱਤਰ ਪਾਵਨ ਅਸਥਾਨ ਬਕਾਲਾ ਸਾਹਿਬ ਦੇ ਰੱਖੜ ਪੁੰਨਿਆਂ ਦੇ ਪਾਵਨ ਪਵਿੱਤਰ ਦੇ ਆੜਿਆਂ ਤੇ ਬਾਬਾ ਬੱਦੇ ਗ੍ਰਾਮ ਬਕਾਲੇ ਬਾਣ ਗੁਰ ਸੰਗਤ ਆਪ ਸੰਭਾਲੇ ਦੇ ਮਾਵਾਕ ਅਨੁਸਾਰ ਰੂਹਾਨੀਅਤ ਦੇ ਉਪਦੇਸ਼ ਹੋਏ ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰਬਾਣੀ ਦੇ ਕਥਾ ਕੀਰਤਨ ਵਿਚਾਰਾਂ ਦੇ ਭਾਵ ਚਾਨੀ ਆਈਆਂ ਸੰਗਤਾਂ ਦੇ ਹਿਰਦਿਆਂ ਅੰਦਰ ਵਸਾਉਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਹਣਿਆ ਸਥਾਨਾਂ ਦੀਆਂ ਸਦਾ ਹੀ ਚੜ੍ਹਦੀਆਂ ਕਲਾ ਬਖਸ਼ ਕਰਨੀਆਂ ਸਤਿਪੁਰਸ਼ਾਂ ਦੇ ਅੰਗ ਸੰਗ ਵਰਤ ਕੇ ਰਹਿਮਤ ਵਰਤਾਈ ਰੱਖਣੀ ਸਮੂਹ ਚਾਨੀ ਆਈਆਂ ਸੰਗਤਾਂ ਦੀਆਂ ਸ਼ੁਭ ਮਨੋਕਾਮਨਾਵਾਂ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਸੰਪੂਰਨ ਕਰਨੀਆਂ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਹਰਪ੍ਰੀਤ ਸਿੰਘ ਜੀ USA ਤੋਂ ਕੈਂਪ ਵਿੱਚ ਰਿਹਾ ਹੋਣ ਲਈ ਅਰਦਾਸ ਬੇਨਤੀ ਜੋਦੜੀ ਕਰਦੇ ਹਨ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਗੁਰਪ੍ਰਤਾਪ ਸਿੰਘ ਆਈਲੈਂਡ ਦੇ ਚ ਨੰਬਰ ਮਿਲਣ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਪਤ ਅਰਦਾਸਾਂ ਨੇ ਸਿੱਖ ਪਰਿਵਾਰ ਦੀਆਂ ਸ਼ੁਭ ਮਨੋਕਾਮਨਾਵਾਂ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਸੰਪੂਰਨ ਕਰਨੀਆਂ ਬੱਚਿਆਂ ਨੂੰ ਆਗਿਆਕਾਰੀ ਬਣਾਉਣਾ ਸਰੀਰਕ ਤੰਦਰੁਸਤੀਆਂ ਵਾਛਣੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਦਰ ਘਰ ਤੇ ਵਰਸਾਏ ਗਏ ਸਤਿਪੁਰਸ਼ਾਂ ਦੇ ਅਨਨ ਸੇਵਕ ਬੀਬੀ ਮੋਹਨਜੀਤ ਕੌਰ ਦੀ ਸਰਬੱਤ ਸੰਗਤਾਂ ਵੱਲੋਂ ਅਰਦਾਸ ਬੇਨਤੀ ਜੁਦੜੀਆਂ ਚੜ੍ਹਦੀਆਂ ਕਲਾ ਵਾਸ਼ੇ ਕਰਨੀਆਂ ਆਪਣੇ ਦਰ ਘਰ ਦੀਆਂ ਸੇਵਾਵਾਂ ਲੈਂਦੇ ਰਹਿਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀਆਂ ਬਖਸ਼ੀਆਂ ਰਾਤਾਂ ਵਾਸਤਾਂ ਦੇ ਵਿੱਚੋਂ ਅਲਾਹੀ ਦਰਗਾਹੀ ਕੀਰ ਪ੍ਰਸ਼ਾਦ ਸਜਾ ਕਰਕੇ ਆਪ ਜੀਆਂ ਦੇ ਪਾਵਨ ਚਰਨੀ ਹਾਜ਼ਰ ਕੀਤੇ ਨੇ ਅਣਕ ਪ੍ਰਕਾਰ ਭੋਜਨ ਬਾਕੀ ਵਾ ਵਿੰਜਨ ਮਿਸਟਾਈ ਕਰੀ ਪਾਠ ਸਾਹਿਬ ਤੂਜ ਪਵਿੱਤਰਾਵਣ ਲਾਭ ਭੋਗ ਹਰ ਰਾਏ ਆਪ ਜੀਆਂ ਦੇ ਭੋਗ ਲਗੇ ਦੀ ਪ੍ਰਸਾਦ ਸਰਬੱਤ ਸੰਗਤਾਂ ਨੂੰ ਬਖਸ਼ੇ ਕਰਨੇ ਜੋ ਜੀ ਸ਼ਕਣ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਸਵਾਹ ਸਵਾਹ ਜਪਣ ਪਾਤਸ਼ਾਹ ਜੀ ਰਹਿਮਤਾਂ ਕਰੋ ਜਾਨੀਆਂ ਸੰਗਤਾਂ ਨੂੰ ਪਾਵਨ ਹੁਕਮਨਾਵਾਂ ਸਾਹਿਬ ਦੀ ਬਖਸ਼ਿਸ਼ ਕਰੋ ਬਖਸ਼ੇ ਹੁਕਮਾਂ ਦੇ ਭਾਵ ਸਭਨਾ ਦੇ ਹਿਰਦਿਆਂ ਅੰਦਰ ਵਸਾਉਣੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਧੰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
साहिब जी तुम दाते ठाकुर प्रतिपालक नायक खसम हमारे निमख निमख तुम ही प्रतिपालो हम मारक तुमरे तार सतनाम श्री वाहे गुरु साहेब जी तनासरी महला पंजवा कृष्णा भुजय हर के नामा महासंतो होवे गुर बचनी प्रभु स्यो लागे पूरन ध्यान कृष्णा भुजे हर के नाम महासंतो होवे गुरु बचनी प्रभु स्यो लागे पूरन ध्यान रहा महाकलोल भुजै माया के कर कृपा मेरे दीन दयाल अपना नाम देह जप जीवा पूरन होए दास की काल सर्व मनोरथ राज सुख रस सद खुशियां कीर्तन जप नाम जिस कै कर्म लिखया तुर करते नानक जन के पूरन काम सर्व मनोरथ राज सुख रस सद खुशियां कीर्तन जप नाम जिस कै कर्म लिखया तुर करते नानक जन के पूरन काम वाहिगुरु जी का खालसा वाहिगुरु जी की परम सत्कारयोग गुरु रूप गुरु खालसा सतसंग जी फतेह बुलाओ वाहिगुरु जी का खालसा वाहिगुरु जी की फतेह आप जी अपने नेम नूं निभाउंदे होए इस महान पवित्र स्थान जो बेलियां दी धरती दे उत्ते किन्ने ही बेलियां दे नाम हन जिवें बेला रामगढ़ दरगाही ਉਹਨਾਂ ਦੇ ਵਿੱਚ ਵਿਚਾਲੇ ਇਹ ਸੰਤ ਬੇਲਾ ਜਿੱਥੇ ਆਉਣ ਵਾਲੇ ਸਮੇਂ ਦੇ ਅੰਦਰ ਕਿਉਂਕਿ ਜਿੰਨੇ ਵੀ ਪੁਰਾਤਨ ਅਸਥਾਨ ਹੋਇਆ ਕਰਦੇ ਸਨ ਉਹ ਦਰਿਆਵਾਂ ਦੇ ਕੰਢੇ ਹੋਇਆ ਕਰਦੇ ਸਨ ਅਤੇ ਇਹ ਤਪੋ ਭੂਮੀ ਹੋਵੇਗੀ ਤਪ ਕਰਕੇ ਇੱਥੇ ਜੋ ਸੰਤ ਦੀ ਉਪਾਧੀ ਹੈ ਜਿਵੇਂ ਮਹਾਂਪੁਰਖਾਂ ਨੇ ਸੰਤ ਬੇਲਾ ਰੱਖਿਆ ਹੈ ਨਾਮ ਸੋ ਬਹੁਤ ਹੀ ਪਵਿੱਤਰ ਸਥਾਨ ਦੇ ਉੱਤੇ ਆਪ ਜੀ ਪਹੁੰਚ ਰਹੇ ਹੋ ਜਿਸ ਦੀਆਂ ਤਰੰਗਾਂ
ਦੇਸ਼ਾਂ ਵਿਦੇਸ਼ਾਂ ਦੇ ਜਿਵੇਂ ਮਹਾਂਪੁਰਖਾਂ ਨੇ ਦੱਸਿਆ ਕਿ ਭਾਈ ਬਲਰਾਜ ਸਿੰਘ ਜੀ ਬਹੁਤ ਹੀ ਪਿਆਰੇ ਅੱਜ ਅਮੈਰੀਕਾ ਤੋਂ ਬਹੁਤ ਜੋ ਸ਼੍ਰੀਮਾਨ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਦੇ ਪਿਆਰੇ ਉਹਨਾਂ ਦੇ ਜਿਵੇਂ ਕੋਈ ਗਿਣੇ ਨਹੀਂ ਜਾਂਦੇ ਤਾਰੇ ਉਹਨਾਂ ਦੇ ਤਾਰੇ ਹੋਇਆਂ ਦੀ ਗਿਣਤੀ ਨਹੀਂ ਕੀਤੀ ਜਾਂਦੀ ਜਦੋਂ ਫਿਊਨਰਲ ਸੀ ਇੱਥੇ ਉਹਨਾਂ ਦੇ ਪਾਰਥਿਕ ਸਰੀਰ ਨੂੰ ਜਦੋਂ ਅਗਨ ਭੇਟ ਵਾਸਤੇ ਲਿਆਂਦਾ ਗਿਆ ਤਾਂ ਅਮੈਰੀਕਾ ਦੇ ਅੰਦਰ ਸਹਿਮੋਜੇ ਦੇ ਅੰਦਰ ਕਹਿੰਦੇ ਵੀ ਮਹਾਂਪੁਰਖ ਦੱਸ ਰਹੇ ਸਨ ਕਿ 2-3 ਘੰਟੇ ਲੇਟ ਹੋਵੇ ਇੰਨੀ ਟ੍ਰੈਫਿਕ ਹੋ ਗਈ ਕਿਉਂਕਿ ਜੋ ਮਹਾਂਪੁਰਖਾਂ ਦੇ ਤਾਰੇ ਹੋਇਆ ਕਰਦੇ ਹਨ ਉਹਨਾਂ ਨੇ ਸਾਰੀ ਜ਼ਿੰਦਗੀ 25-30 ਸਾਲ ਜਦ ਤੋਂ ਮਹਾਂਪੁਰਖ ਦੀ ਕਿਸੇ ਭਾਲ ਵਿੱਚ ਸਨ ਉਹ ਪੂਰੇ ਮਹਾਂਪੁਰਖ ਰਤਵਾੜਾ ਸਾਹਿਬ ਵਾਲੇ ਮਿਲੇ ਅਤੇ ਉਹਨਾਂ ਦਾ ਪਿਆਰ ਮਿਲਿਆ ਪਰਸਪਰ ਜੋ ਦਿਲਾਂ ਦੀ ਜੋ ਸਾਂਝ ਸੀ ਉਹ ਪਈ ਬਾਬਾ ਸਤਨਾਮ ਸਿੰਘ ਜੀ ਦੇ ਅਤੇ ਦਿਲ ਦੇ ਸੌਦੇ ਹੋਏ ਮਹਾਂਪੁਰਖਾਂ ਨੇ ਜੋ ਰਤਨ ਨਾਮ ਹੈ ਉਸ ਦੀ ਜੁਗਤ ਉਹਨਾਂ ਦੀ ਝੋਲੀ ਦੇ ਵਿੱਚ ਪਾ ਦਿੱਤੀ ਅਤੇ ਜੋ ਗੁਰਮੁਖ ਨੂੰ ਉਪਦੇਸ਼ ਹੈ ਕਿ ਆਪ ਜਪੈ ਅਵਰੈ ਨਾਮ ਜਪਾਵੈ ਮਹਾਂਪੁਰਖਾਂ ਦੀ ਦੇਖ ਰੇਖ ਹੇਠ ਕਿੰਨੀ ਦੇਰ ਚੱਲਦਾ ਰਿਹਾ ਸਤਸੰਗ ਅਤੇ ਉਹਨਾਂ ਨੇ ਲਗਾਤਾਰ ਹੀ ਇੱਕ ਅਮੈਰੀਕਾ ਦੇ ਅੰਦਰ ਜਿੱਥੇ ਜਾਣ ਵਾਸਤੇ ਆਪਾਂ ਸਾਰੇ ਹੀ ਕਿੰਨੇ ਉਪਰਾਲੇ ਕਰਦੇ ਹਾਂ ਰੋਜ਼ੀ ਰੋਟੀ ਕਮਾਉਣ ਵਾਸਤੇ ਪਰ ਉੱਥੇ ਜਾ ਕੇ ਨਾਮ ਨਹੀਂ ਚੇਤਾ ਆਉਂਦਾ ਕਿਉਂਕਿ ਪਿੱਛੇ ਕਰਜ਼ਾ ਚੜ੍ਹ ਜਾਂਦਾ ਹੈ ਬਹੁਤ ਫਿਰ ਤਾਂ ਕੰਮ ਲੱਭਦੇ ਹਾਂ ਜਾ ਕੇ ਪਰ ਉੱਥੇ ਜਦੋਂ ਸਾਰਾ ਕੁਝ ਮਿਲ ਜਾਂਦਾ ਹੈ ਫਿਰ ਇੱਕ ਚੀਜ਼ ਗਵਾਚ ਜਾਂਦੀ ਹੈ ਸਾਡੇ ਕੋਲੋਂ ਉਹ ਹੈ ਸਾਡਾ ਵਿਰਸਾ ਜੋ ਸਾਨੂੰ ਗੁਰੂਆਂ ਤੋਂ ਮਿਲਿਆ ਹੈ ਅਤੇ ਉਸ ਨੂੰ ਫਿਰ ਬੰਦਾ ਪਿੱਛੇ ਜਿਵੇਂ ਮੁੜਦਾ ਹੈ ਕਿ ਪਿੱਛੇ ਬਹੁਤ ਦੂਰ ਚਲੀ ਗਈ ਹੈ ਗੱਲਬਾਤ ਸੋ ਮਹਾਂਪੁਰਖ ਜਦੋਂ ਗਏ 98 ਦੇ ਵਿੱਚ ਸੋ ਉੱਥੇ ਨਾਮ ਬਾਣੀ ਦਾ ਹੀ ਹੋਕਾ ਦਿੱਤਾ ਉਹਨਾਂ ਦੇ ਬਹੁਤ ਹੀ ਪਿਆਰੇ ਭਾਈ ਬਲਰਾਜ ਸਿੰਘ ਜੀ ਉਹ ਵੀ ਸੰਗਤ ਦੇ ਵਿੱਚ ਪਹੁੰਚੇ ਹਨ ਕਹਿਣ ਦਾ ਭਾਵ ਕਿ ਕਿੰਨੀ ਦੂਰੋਂ ਦੂਰੋਂ ਇਸ ਪਵਿੱਤਰ ਸਥਾਨ ਦੇ ਉੱਤੇ ਸੰਗਤਾਂ ਪਹੁੰਚ ਰਹੀਆਂ ਹਨ ਸੋ ਜੋ ਆਉਣ ਵਾਲੀ ਪੂਰਨਮਾਸੀ ਹੈ ਉਹ 12 ਸਤੰਬਰ ਦੀ ਇੱਥੇ ਚੜ੍ਹਦੀ ਪੂਰਨਮਾਸੀ ਮਨਾਈ ਜਾਵੇਗੀ ਉਸ ਤੋਂ ਪਹਿਲਾਂ 1 ਸਤੰਬਰ ਦਾ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਆ ਰਹੇ ਹਨ ਉਹਨਾਂ ਦੇ ਸੰਬੰਧ ਦੇ ਵਿੱਚ ਪਿੰਡ ਭੱਟੋਂ ਜੋ ਬਾਬਾ ਰਾਮ ਸਿੰਘ ਜੀ ਦਾ ਲੰਗਰ ਹੈ ਸਾਰਾ ਹੀ ਲੰਗਰ ਕਿਉਂਕਿ ਉੱਥੇ ਸਮਾਗਮ ਹੁੰਦੇ ਹਨ ਹਰ ਸਾਲ ਸੋ ਇਹਨਾਂ ਦੇ ਉਪਰਾਲੇ ਦੇ ਨਾਲ ਸਾਰਾ ਹੀ ਲੰਗਰ ਉੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਲਾਨਾ ਸਮਾਗਮ ਰਚਾਉਂਦੇ ਹਨ ਗੁਰਦੁਆਰੇ ਦੇ ਵਿੱਚ ਸੋ ਉਸ ਦਾ ਸਮਾਂ ਸਵੇਰੇ 10 ਤੋਂ 12 ਵਜੇ ਤੱਕ ਹੁੰਦਾ ਹੈ 1 ਵਜੇ ਭੋਗ ਪੈ ਜਾਂਦੇ ਹਨ ਸੋ ਜਿਹੜੀਆਂ ਵੀ ਸੰਗਤਾਂ ਇਸ ਇਲਾਕੇ ਦੀਆਂ ਪਹੁੰਚ ਸਕਦੀਆਂ ਹਨ 1 ਸਤੰਬਰ ਨੂੰ ਪਿੰਡ ਭੱਟੋਂ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਿਓ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧਿਆ ਗੇ ਅਰਦਾਸ ਹਮਾਰੀ ਜੀਓ ਤੇਰਾ ਵਾਹਿਗੁਰੂ ਕਉ ਨਾਨਕ ਸਭ ਕੋਈ ਨਾਉ ਨਾ ਜਾਣੇ ਵਾਹਿਗੁਰੂ 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 ਸਹਿਜਿਓ ਗੁਰੂ ਨਾਨਕ ਤੇ ਆਦਲੇ 10ਵੇਂ ਗੁਰ ਪ੍ਰਯੰਤ ਬਾਰੰਬਾਰ ਹੈ ਬੰਦਨਾ ਆਦਿ ਸ੍ਰੀ ਗੁਰੂ ਗ੍ਰੰਥ ਧੰਨ ਗੁਰਦੇਵ ਗੁਰੂ ਪਿਤਾ ਧੰਨ ਧੰਨ ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਆਦਿਆਂ ਦੇ ਪਾਵਨ ਚਰਨਾਂ ਕਮਲਾਂ ਪਾ